ਹਾਂਜੀ ਕੀ ਨਾਮ ਹੈ ਜੀ? ਸਵਿਤਾ ਸਿੰਘ। ਅੱਛਾ ਕੀ ਹੋਇਆ ਤੁਹਾਡੇ ਘਰ ਜਿਹੜੀ ਅੱਗ ਲੱਗੀ ਹੈ, ਕਾਰਨ ਕੀ ਹੈ? ਮੈਂ ਮੋਮਬੱਤੀ ਜਗਾਈ ਹੋਈ ਸੀ ਆਪਣੇ ਘਰ ਦੇ ਇੱਧਰ, ਅਤੇ ਘਰ ਵਿੱਚ ਅੰਧੇਰਾ ਨਾ ਹੋ, ਅਸੀਂ ਜਾਣਾ ਸੀ ਮਾਰਕੀਟ, ਅਤੇ ਮੈਂ ਮੋਮਬੱਤੀ ਲਾ ਗਈ। ਜਦੋਂ ਆਈ ਹਾਂ ਤਾਂ ਸਾਰੇ ਘਰ ਵਿੱਚ ਅੱਗ ਲੱਗੀ ਹੋਈ ਸੀ ਭਾਜੀ। ਅੱਛਾ, ਕਿੱਥੇ ਅੱਗ ਲੱਗੀ ਸਭ ਤੋਂ ਪਹਿਲਾਂ? ਸਭ ਤੋਂ ਪਹਿਲਾਂ ਕਿਚਨ ਦੇ ਮੂਹਰੇ ਲੱਗੀ ਅੱਗ। ਕਾਰਨ ਕੀ ਸੀ ਅੱਗ ਲੱਗਣ ਦਾ? ਲੀਕ ਕਰ ਰਿਹਾ ਹੋਣਾ ਸਿਲੰਡਰ, ਇਹ ਜਿੱਦਾਂ ਸਮੈਲ ਆਉਣ ਲੱਗੀ ਤਾਂ ਅਸੀਂ ਆਏ, ਜਿੱਦਾਂ ਹੀ ਅੱਗ ਲੱਗ ਚੁੱਕੀ ਸੀ ਸਾਰੇ ਘਰ 'ਚ, ਸਾਰਾ ਕੁਛ ਸੜ ਗਿਆ, ਸਾਡਾ ਪਾਉਣ ਨੂੰ ਵੀ ਕੱਪੜੇ ਨਹੀਂ ਹੈਗੇ ਆ, ਕੁਛ ਨਹੀਂ ਬਚਿਆ ਸਾਡਾ। ਅਤੇ ਲਾਈਟ ਹੈ ਨਹੀਂ ਸੀ ਤਾਂ ਕਰਕੇ ਤੁਸੀਂ ਮੋਮਬੱਤੀ ਜਗਾਈ ਸੀਗੀ? ਹਾਂਜੀ, ਮੋਮਬੱਤੀ ਇੱਥੇ ਲਾਈ ਹੋਈ ਸੀ, ਉੱਧਰ ਕੋਨੇ 'ਚ ਮੋਮਬੱਤੀ ਲਾ। ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਕਿੰਨੇ ਕੁ? 6:30 ਦਾ ਟਾਈਮ ਸੀ ਭਾਜੀ। ਅੱਛਾ, ਅਤੇ ਹੁਣ ਕੀ ਕੀ ਸਮਾਨ ਦਾ ਜਿਹੜਾ ਤੁਹਾਡਾ ਨੁਕਸਾਨ ਹੋਇਆ ਦਾ? ਭਾਜੀ ACC, LCD ਸਾਰਾ ਘਰ ਦਾ ਜਿਹੜਾ ਵੀ ਹੋ ਗਿਆ, ਕੱਖ ਨਹੀਂ ਬਚਿਆ। ਅੱਛਾ, ਸਾਰਾ ਕੁਝ ਜਲ ਗਿਆ? ਸਾਰਾ ਕੁਝ, ਕੱਪੜੇ ਤੱਕ ਸਭ ਕੁਝ ਅੱਗ ਲੱਗ ਗਈ। ਤੇ ਤੁਸੀਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਸੀਗਾ ਵੀ ਅੱਗ? ਬੁਲਾਇਆ ਸੀ ਭਾਜੀ। ਅੱਛਾ, ਲਾਇਆ ਸੀਗਾ ਵੀ ਅੱਗ? ਬੁਲਾਇਆ ਸੀ ਭਾਜੀ। ਅੱਛਾ, ਆਈ ਮੌਕੇ ਤੇ ਪਹੁੰਚੀ ਹੈ? ਨਹੀਂ ਜੀ। ਤੇ ਫਿਰ ਅੱਗ ਤੇ ਕਿੱਦਾਂ ਕਾਬੂ ਕੀਤਾ ਗਿਆ? ਸਾਰੇ ਪਾਸ ਅੱਗ ਪਾਣੀ ਪਾਇਆ, ਜਦ ਤੱਕ ਅਭੀ ਵੀ ਅੱਗ ਕਾਫੀ ਅੰਦਰ ਹੈਗੀ ਆ, ਜੇ ਮੇਰੀ ਥੋੜੀ ਜਿਹੀ ਹੈਲਪ ਕੀਤੀ ਜਾਏ ਸਰਕਾਰ ਵੱਲੋਂ, ਕਿਉਂਕਿ ਮੇਰੇ ਪਾਸ ਪਾਣ ਨੂੰ, ਦੇਖੋ ਤੁਸੀਂ ਦੇਖ ਸਕਦੇ ਹੋ, ਕੱਖ ਨਹੀਂ ਬਚਿਆ ਕੁਛ। ਮੇਰਾ ਨਾਮ ਸ਼ੁਭਮ ਹੈ। ਹਾਂਜੀ ਬ੍ਰਦਰ, ਹਾਂਜੀ ਬ੍ਰਦਰ, ਮੈਂ ਐਕਚੁਲੀ ਕੰਮ ਤੋਂ ਵਾਪਸ ਆਇਆ ਸੀਗਾ ਅਤੇ ਸਾਨੂੰ ਮੁਹੱਲੇ ਦੇ ਵਿੱਚ ਇੱਕਦਮ ਹਫੜਾ ਦਫੜੀ ਮਚੀ ਹੋਈ ਸੀਗੀ ਅਤੇ ਸਾਰੇ ਇੱਧਰ ਨੂੰ ਭੱਜਦੇ ਸੀਗੇ ਅਤੇ ਮੈਂ ਵੀ ਉਹਨਾਂ ਦੇ ਨਾਲ ਇੱਧਰ ਨੂੰ ਆਇਆ। ਜਦੋਂ ਇੱਥੇ ਆ ਕੇ ਦੇਖਿਆ ਇੱਥੇ ਅੱਗ ਲੱਗੀ ਹੋਈ ਸੀ ਬਹੁਤ ਜ਼ਿਆਦਾ, ਅਤੇ ਮੁਹੱਲੇ ਵਾਲਿਆਂ ਨੇ ਬ੍ਰਦਰ ਸਾਰਿਆਂ ਨੇ ਮਿਲ ਕੇ ਅੱਗ ਬੁਝਾਈ ਆਪਣੇ ਘਰਾਂ 'ਚੋਂ, ਬਾਲਟੀ ਲੈ ਕੇ ਆਏ, ਕਿਸੇ ਨੇ ਆਪਣੇ ਘਰੋਂ ਪਾਈਪਾਂ ਲਾਈਆਂ, ਕੋਈ ਕਿੱਦਾਂ ਆ ਰਿਹਾ ਸੀ ਕੋਈ ਕਿੱਦਾਂ ਆ ਰਹੀ, ਬ੍ਰਦਰ ਸਾਰੇ ਮੁਹੱਲੇ ਵਾਲਿਆਂ ਨੇ ਮਿਲ ਕੇ ਅੱਗ ਬੁਝਾਈ। ਹਾਂਜੀ, ਤੇ ਹੁਣ ਕੀ ਮੰਗ ਕਰਦੇ ਹੋ ਕਿ ਜਿਹੜਾ ਇਹਨਾਂ ਦਾ ਘਰ ਹੈ? ਹਾਂਜੀ, ਜਿਹੜਾ ਤਕਰੀਬਨ ਸਾਰਾ ਘਰ ਜਿਹੜਾ ਜੀ ਸੜ ਚੁੱਕਾ ਹੈ, ਘਰ ਦਾ ਕੋਈ ਸਮਾਨ ਨਹੀਂ ਬਚਿਆ ਜੀ ਬ੍ਰਦਰ, ਕੀ ਕਰਾਂਗੇ ਬ੍ਰਦਰ? ਦੇਖੋ, ਮੈਂ ਤਾਂ ਇਹੀ ਕਹਿੰਦਾ ਵੀ ਗਰੀਬ ਬੰਦੇ ਨੇ, ਤੁਸੀਂ ਤਾਂ ਦੇਖ ਹੀ ਚੁੱਕੇ ਹੋ, ਇਹਨਾਂ ਦੇ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ, ਇੱਕ ਵੀ ਚੀਜ਼ ਆ ਜਿਹੜੀ ਇਹਨਾਂ ਕੋਲ, ਦੇਖੋ ਕੋਈ ਵੀ ਸਮਾਨ ਨਹੀਂ ਬਚਿਆ। ਅਸੀਂ ਤਾਂ ਇਹੀ ਕਹਿੰਦੇ ਹਾਂ ਚਲੋ ਗਰੀਬ ਬੰਦਾ ਵਾ, ਇਹਨਾਂ ਨੂੰ ਜੋ ਇਹਨਾਂ ਦਾ ਬਣਦਾ ਹਰਜਾਨਾ ਇਹਨਾਂ ਨੂੰ ਦਵਾਇਆ ਜਾਵੇ, ਜੋ ਵੀ ਸਰਕਾਰ ਵੱਲੋਂ ਮਦਦ ਮਿਲਦੀ ਹੈ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਆਪਣਾ ਗੁਜ਼ਾਰਾ ਕਰ ਸਕਣ। Subscribe to One India channel and never miss an update.